प्यारे बच्चों सत श्री अकाल हां जी बेटा आपा करदे पए हां पंजाबी ਦਾ 11 ਚੈਪਟਰ ਠੀਕ ਆ ਪਾਠ ਨੰਬਰ 11 ਸ਼ਹੀਦ ਖੁਦੀ ਰਾਮਬੋਸ ਠੀਕ ਹੈ ਜੀ ਇਹਦੇ ਆਪਾਂ ਕੀ ਅਭਿਆਸ ਦੇ ਪ੍ਰਸ਼ਨ ਉੱਤਰ ਜਿਹੜੇ ਆ ਅੱਜ ਪੜਾਂਗੇ ਠੀਕ ਹੈ ਜੀ ਤੇ ਤੁਸੀਂ ਇਹਨਾਂ ਕੋਸਟਾ ਆਨਸਰ ਨੂੰ ਯਾਦ ਵੀ ਕਰਨਾ ਹੈ ਠੀਕ ਹੈ ਪਹਿਲਾ ਪ੍ਰਸ਼ਨ ਖੁਦੀ ਰਾਮਬੋਸ ਨੇ ਪੜਾਈ ਕਿਉਂ ਛੱਡੀ ਕਿਉਂ ਛੱਡੀ ਸੀ ਦੇਸ਼ ਨੂੰ ਸੁਤੰਤਰ ਕਰਵਾਉਣ ਲਈ ਠੀਕ ਹੈ ਜੀ ਦੂਜਾ ਪ੍ਰਸ਼ਨ ਸੈਸ਼ਨ ਜੱਜ ਤੋਂ ਬਦਲਾ ਲੈਣ ਦੀ ਵਿਯੰਦ ਕਿਉਂ ਬਣਾਈ ਗਈ ਉੱਤਰ ਕਿਉਂਕਿ ਉਹ ਕ੍ਰਾਂਤੀਕਾਰੀਆਂ ਦਾ ਵਿਰੋਧੀ ਸੀ ਠੀਕ ਹੈ ਜੀ ਤੀਜਾ ਪ੍ਰਸ਼ਨ ਖੁਦੀ ਰਾਮ ਬੋਸ ਤੇ ਉਸਦੇ ਸਾਥੀ ਨੂੰ ਅਫਸੋਸ ਕਿਉਂ ਹੋਇਆ ਉੱਤਰ ਕਿਉਂਕਿ ਦੋ ਯੂਰਪੀਨ ਔਰਤਾਂ ਦੀ ਮੌਤ ਹੋ ਗਈ ਸੀ ਚੌਥਾ ਪ੍ਰਸ਼ਨ ਖੁਦੀ ਰਾਮ ਬੋਸ ਨੂੰ ਕੈਦ ਕਿਵੇਂ ਕੀਤਾ ਗਿਆ ਉੱਤਰ ਵੈਨੀ ਰੇਲਵੇ ਸਟੇਸ਼ਨ ਨੂੰ ਘੇਰਾ ਪਾ ਕੇ ਠੀਕ ਹੈ ਜੀ ਇਹ ਜਿਹੜੇ ਪ੍ਰਸ਼ਨ ਉੱਤਰ ਆ ਤੁਸੀਂ ਜਿਹੜੇ ਯਾਦ ਕਰਨੇ ਨੇ ਜਿੰਨਾ ਬੱਚਿਆਂ ਨੇ ਬੁੱਕ ਦੇ ਉੱਪਰ ਲਿਖਿਆ ਨਹੀਂ ਹੋਏ ਲਿਖੇ ਨਹੀਂ ਹੋਏ ਇਹ ਕੁਸਚਨ ਆਨਸਰ ਉਹਨਾਂ ਨੇ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਬੁੱਕ ਦੇ ਉੱਪਰ ਵੀ ਲਿਖਣਾ ਹੈ ਠੀਕ ਹੈ ਜੀ ਧੰਨਵਾਦ